ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਪੁਲਿਸ ਦੀ ਅਣਗਹਿਲੀ ਇੱਕ ਵਾਰ ਫਿਰ ਤੋਂ ਉਸ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਵੱਲੋਂ ਪੇਸ਼ੀ ਤੇ ਲੈ ਕੇ ਗਏ ਇੱਕ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਪਰੰਤੂ ਸਮਾਂ ਰਹਿੰਦੇ ਹੀ ਫਗਵਾੜਾ ਪੁਲਿਸ ਦੇ ਮੁਲਾਜ਼ਮਾਂ ਨੇ ਉਕਤ ਦੋਸ਼ੀ ਨੂੰ ਮਹਿਜ ਕੁਝ ਹੀ ਦੂਰੀ ਤੋਂ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਸਾਹਿਲ ਪਰਵੇਸ਼ ਪੁੱਤਰ ਰਾਸ਼ੀ ਜਮਾਲ ਵਾਸੀ ਸਤਨਾਮਪੁਰਾ ਫਗਵਾੜਾ ਨੂੰ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਉਸ ਦੋਸ਼ੀ ਦਾ ਰਿਮਾਂਡ ਲੈਣ ਤੋਂ ਬਾਅਦ ਮੁੜ ਤੋਂ ਪੇਸ਼ ਕਰਨ ਲਈ ਉਸ ਨੂੰ ਮਾਣਯੋਗ ਅਦਾਲਤ ਵਿੱਚ ਲੈ ਕੇ ਆ ਰਹੀ ਸੀ। ਇਸ ਦੌਰਾਨ ਜਦੋਂ ਉਕਤ ਦੋਸ਼ੀ ਕੋਰਟ ਕੰਪਲੈਕਸ ਵਿਖੇ ਹੀ ਬੈਠਾ ਸੀ ਤਾਂ ਦੇਖਦੇ ਹੀ ਦੇਖਦੇ ਪੁਲਿਸ ਮੁਲਾਜ਼ਮਾਂ ਵੱਲੋਂ ਲਾਈ ਹੱਥਕੜੀ ਨੂੰ ਖੋਲ੍ਹ ਕੇ ਕੰਧ ਟੱਪ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਸ ਨੂੰ ਫੜਨ ਲਈ ਮਗਰ ਭੱਜੇ ਤੇ ਕੁਝ ਹੀ ਦੂਰੀ ਤੋਂ ਉਸ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਮੁਜਰਿਮ ਨੂੰ ਪੇਸ਼ੀ ਤੇ ਲੈ ਕੇ ਆਏ ਥਾਣਾ ਸਤਨਾਮਪੁਰਾ ਦੇ ASI ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਸਾਰੇ ਘਟਨਾ ਕ੍ਰਮ ਸੰਬੰਧੀ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕੇ। ਇਹ ਕਹਿੰਦਾ ਮੈਂ ਬਾਥਰੂਮ ਜਾਣਾ ਸੀ, ਉਹਦੇ ਨੂੰ ਭੁੱਖ ਲੱਗੀ ਹੋਈ ਸੀ ਤੇ ਕਹਿੰਦਾ ਕਿ ਮਤਲਬ ਮੈਂ ਪਿਸ਼ਾਬ ਕਰਨ ਜਾਣਾ ਸੀ, ਮੈਨੂੰ ਦੇ ਲੈ ਜੀ ਟੱਪ ਕੇ ਗਿਆ ਜੀ ਜਾ ਕੇ ਝਾੜੀਆਂ ਦੇ ਵਿੱਚੋਂ ਫੜ ਕੇ ਲੈਂਦਾ ਬਾਥਰੂਮ ਕਿਹਾ ਜਾਂ ਕਿਸ ਤਰ੍ਹਾਂ ਕੀ ਕਹਿਣਾ ਰੁਕਣਾ ASI ਸਾਹਿਬ ਆ ਜਾ ASI ਸਰ ਦੱਸਿਓ ਜੀ ਕੰਧ ਟੱਪ ਕੇ ਗਿਆ ਜੀ, ਉਧਰ ਕੰਧ ਟੱਪ ਕੇ ਇਹਨੇ ਬਾਥਰੂਮ ਕਰਨ ਜਾਣਾ ਸੀਗਾ ਜੀ, ਇਹਨੂੰ ਭੁੱਖ ਲੱਗੀ ਸੀ ਕਹਿੰਦਾ ਇਹਨਾਂ ਨੂੰ ਭੁੱਖ ਲੱਗੀ ਆ ਫਿਰ ਰੋਟੀ ਖਾਣੀ ਨਹੀਂ ਪਹਿਲਾਂ ਤੁਸੀਂ ਬਾਥਰੂਮ ਦਾ ਗਿਆ ਭੁੱਖ ਮੰਨ ਲੈਂਦੇ ਆ ਪਰ ਭੁੱਖ ਦਾ ਜਿਹੜਾ ਇਲਾਜ ਹੈ ਉਹ ਹੋਟਲ ਹੈ ਜਾਂ ਢਾਬਾ ਹੈ ਜਾਂ ਪੁਲਿਸ 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 ਕਸਟਡੀ ਦੇ ਵਿੱਚ ਰੋਟੀ ਮਿਲੂਗੀ, ਲੇਕਿਨ ਆ ਜਿਹੜਾ ਕੰਧ ਟੱਪ ਕੇ ਜਾ ਕੇ ਤੀਜੀ ਜਗ੍ਹਾ ਤੋਂ ਜਾ ਕੇ ਦੋ ਪੁਲਿਸਾਂ ਲੈ ਕੇ ਆਈ ਹੈ CIA ਸਟਾਫ ਸਤਨਾਮਪੁਰਾ ਪੁਲਿਸ, ਕੀ ਕਹਿਣਾ ਤੁਹਾਡਾ? ਉਧਰ ਇਸ ਬਾਬਤ ਜਦੋਂ SP ਫਗਵਾੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣਾ ਬਿਆਨ ਦੇਣ ਤੋਂ ਬਚਦੇ ਨਜ਼ਰ ਆਏ। ਉਹਨਾਂ ਕਿਹਾ ਕਿ ਉਹਨਾਂ ਨੂੰ ਫਿਲਹਾਲ ਇਸ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ, ਜਿਸ ਤੋਂ ਸਾਫ਼ ਹੈ ਕਿ ਸ਼ਾਇਦ ਇਹਨਾਂ ਤੋਂ ਹੇਠਾਂ ਕੰਮ ਕਰਨ ਵਾਲੇ ਪੁਲਿਸ ਅਧਿਕਾਰੀ ਆਪਣੇ ਸੀਨੀਅਰ ਅਫਸਰ ਨੂੰ ਜਾਣਕਾਰੀ ਦੇਣਾ ਮੁਨਾਸਿਬ ਨਹੀਂ ਸਮਝਦੇ, ਜਾਂ ਤਾਂ SP ਸਾਹਿਬ ਇਹੋ ਜਿਹੇ ਮਾਮਲਿਆਂ 'ਤੇ ਪਰਦਾ ਪਾਉਣਾ ਹੀ ਬਿਹਤਰ ਸਮਝਦੇ ਨੇ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।